ਭਾਜਪਾ ਚੋਂ ਕੱਢੇ ਜਾਣ ਤੋਂ ਬਾਅਦ ਅਨਿਲ ਜੋਸ਼ੀ ਨੇ ਆਪਣੇ ਹਲਕੇ 'ਚ ਕੀਤੀ ਹੈ ਪਹਿਲੀ ਮੀਟਿੰਗ। ਵੱਡਾ ਇਕੱਠ ਹੋਇਆ ਲੋਕਾਂ ਦਾ ਅਤੇ ਇਸ ਇਕੱਠ ਨੂੰ ਸੰਬੋਧਨ ਕਰਦਿਆਂ ਉਹਨਾਂ ਨੇ ਕਿਹਾ ਕਿ ਮੈਂ ਉਸ ਪਾਰਟੀ 'ਚ ਜਾਵਾਂਗਾ ਜਿਸ ਦੇ ਫੈਸਲੇ ਦਿੱਲੀ ਨਹੀਂ ਬਲਕਿ ਪੰਜਾਬ ਦੇ ਵਿੱਚ ਕੀਤੇ ਜਾਂਦੇ ਹੋਣਗੇ। ਸੋ ਅਨਿਲ ਜੋਸ਼ੀ ਵੱਲੋਂ ਵੱਡਾ ਬਿਆਨ ਦਿੱਤਾ ਗਿਆ, ਸਿਆਸਤ ਦੇ ਵਿੱਚ ਇੱਕ ਨਵੀਂ ਹਲਚਲ ਆ ਸਕਦੀ ਹੈ ਇਸ ਬਿਆਨ ਦੇ ਨਾਲ, ਕਿਉਂਕਿ ਕਈ ਸਾਰੀਆਂ ਅਜਿਹੀਆਂ ਪਾਰਟੀਆਂ ਨੇ ਜੋ ਕਿ 2022 ਵਿਧਾਨ ਸਭਾ ਚੋਣਾਂ ਦੀ ਤਿਆਰੀ ਦੇ ਵਿੱਚ ਲੱਗੀਆਂ ਹੋਈਆਂ ਨੇ ਅਤੇ ਅਨਿਲ ਜੋਸ਼ੀ ਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਕਿਸਾਨਾਂ ਦੇ ਹੱਕਾਂ ਵਿੱਚ ਬੋਲਣ ਵਾਲੇ ਭਾਜਪਾ ਨੇਤਾ ਅਨਿਲ ਜੋਸ਼ੀ ਜੋ ਕਿ ਹੁਣ ਭਾਜਪਾ ਦੇ ਵਿੱਚੋਂ ਕੱਢ ਦਿੱਤੇ ਗਏ ਨੇ, ਉਹਨਾਂ ਨੇ ਆਪਣਾ ਬਿਆਨ ਸਾਹਮਣੇ ਰੱਖਿਆ। ਅੰਮ੍ਰਿਤਸਰ ਦੇ ਹਲਕੇ ਨੌਰਥ ਦੇ ਵਿੱਚ ਉਹਨਾਂ ਨੇ ਇੱਕ ਬੈਠਕ ਕੀਤੀ। ਇਸ ਬੈਠਕ ਦੇ ਵਿੱਚ ਉਹਨਾਂ ਨੇ ਕਿਹਾ ਕਿ ਮੈਂ ਉਸ ਪਾਰਟੀ ਦੇ ਵਿੱਚ ਸ਼ਮੂਲੀਅਤ ਪਾਵਾਂਗਾ ਜਿਸ ਪਾਰਟੀ ਦੇ ਫੈਸਲੇ ਦਿੱਲੀ ਦੇ ਵਿੱਚ ਨਾ ਹੁੰਦੇ ਹੋਣ, ਪੰਜਾਬ ਦੇ ਵਿੱਚ ਹੁੰਦੇ ਹੋਣ। ਸੋ ਇਸ ਬਿਆਨ ਤੋਂ ਬਾਅਦ ਹੁਣ ਸਿਆਸੀ ਪਾਰਟੀਆਂ ਅਗਲਾ ਕੀ ਰੁੱਖ ਅਖਤਿਆਰ ਕਰਦੀਆਂ ਨੇ ਸਮਾਂ ਆਉਣ 'ਤੇ ਪਤਾ ਲੱਗੇਗਾ। ਨਾਲ ਦੀ ਨਾਲ ਉਹਨਾਂ ਨੇ ਕਈ ਸਾਰੇ ਵਿਰੋਧੀਆਂ ਦੇ ਉੱਤੇ ਤੰਜ ਕਸੇ ਨੇ, ਬਿਜਲੀ ਮੁੱਦੇ ਦੇ ਉੱਤੇ ਵੀ ਬੋਲੇ ਨੇ। ਅਨਿਲ ਜੋਸ਼ੀ ਨੇ ਕਿਹਾ ਕਿ ਜਦੋਂ ਉਹ ਭਾਜਪਾ ਦਾ ਹਿੱਸਾ ਸੀ ਅਤੇ ਸੂਬੇ ਦੇ ਵਿੱਚ ਅਕਾਲੀ ਦਲ ਨਾਲ ਗੱਠਜੋੜ ਵਾਲੀ ਸਰਕਾਰ ਸੀ ਤਾਂ ਉਹਨਾਂ ਦੇ ਕਹੇ 'ਤੇ ਹੀ 200 ਯੂਨਿਟ ਫ੍ਰੀ ਬਿਜਲੀ ਦਿੱਤੀ ਗਈ ਸੀ। ਜਿਹੜੇ ਕੰਮ ਉਦੋਂ ਕਹੇ ਸੀ ਉਦੋਂ ਪੂਰੇ ਕਰਵਾਏ ਸੀ, ਅਤੇ ਅੱਜ ਜੇਕਰ ਨਵਜੋਤ ਸਿੰਘ ਸਿੱਧੂ ਕੋਈ ਦਾਅਵੇ ਕਰਦੇ ਨੇ ਕਾਂਗਰਸ ਦੇ ਪ੍ਰਧਾਨ ਬਣ ਕੇ ਤਾਂ ਉਹ ਦਾਅਵੇ ਫੋਕੇ ਨੇ। ਕਾਂਗਰਸ ਨੂੰ ਇਸ ਦਾ ਕੋਈ ਫਾਇਦਾ ਨਹੀਂ ਹੋਣ ਵਾਲਾ, ਨਾ ਹੀ ਲੋਕਾਂ ਨੂੰ ਫਾਇਦਾ ਹੋਣ ਵਾਲਾ। ਸੋ ਇਹ ਬਿਆਨਬਾਜ਼ੀ ਕੀਤੀ ਗਈ ਹੈ। ਨਾਲ ਦੀ ਨਾਲ ਉਹਨਾਂ ਨੇ ਕੁੰਵਰ ਵਿਜੇ ਪ੍ਰਤਾਪ ਉੱਤੇ ਵੀ ਤੰਜ ਕੱਸਿਆ। ਉਹਨਾਂ ਦਾ ਕਹਿਣਾ ਕਿ ਕੁੰਵਰ ਵਿਜੇ ਪ੍ਰਤਾਪ ਕਿੰਨੇ ਕੁ ਇਮਾਨਦਾਰ ਨੇ ਇਹ ਚੋਣਾਂ ਦੇ ਨਤੀਜੇ ਦੱਸ ਦੇਣਗੇ, ਚੋਣਾਂ ਦੇ ਵਿੱਚ ਕਿੰਨੀਆਂ ਕੋਈ ਵੋਟਾਂ ਉਹਨਾਂ ਨੂੰ ਪੈਂਦੀਆਂ ਨੇ ਇਹ ਸਪਸ਼ਟ ਕਰ ਦੇਵੇਗਾ ਕਿ ਕਿੰਨੇ ਕੁ ਲੋਕ ਉਹਨਾਂ ਦੀ ਹਮਾਇਤ ਕਰਦੇ ਨੇ। ਤੁਸੀਂ ਵੀ ਸੁਣੋ ਉਹਨਾਂ ਦਾ ਇਹ ਬਿਆਨ। ਅੱਜ ਅੰਮ੍ਰਿਤਸਰ ਨੌਰਥ ਦਾ ਇਹ ਮੈਂ ਪਹਿਲਾ ਪ੍ਰੋਗਰਾਮ ਜਿਹੜਾ ਵਾ, ਜਿਸ ਤਰ੍ਹਾਂ ਅਸੀਂ ਰੂਟੀਨ 'ਚ ਪਹਿਲਾਂ ਰੱਖਦੇ ਹੁੰਦੇ ਸੀ, ਜਦੋਂ ਦਾ ਪਾਰਟੀ 'ਚੋਂ ਮੈਨੂੰ ਕੱਢਿਆ ਗਿਆ ਉਸ ਤੋਂ ਬਾਅਦ ਇਹ ਪਹਿਲਾ ਪ੍ਰੋਗਰਾਮ ਹੈ ਜਿਹੜਾ ਅਸੀਂ ਬੂਥ ਇੰਚਾਰਜਾਂ ਦਾ ਰੱਖਦੇ ਸੀ। ਇਹ ਪ੍ਰਮੁੱਖ ਹਰ ਬੂਥ ਦੇ ਜਿਹੜੇ ਆ ਇੱਕ ਇੱਕ ਦੋ ਦੋ ਕਾਰਿਆਕਰਤਾ ਜਿਹੜੇ ਬੂਥਾਂ 'ਤੇ ਬੈਠਦੇ ਆ। ਮੈਂ ਤਾਂ ਆਪਣੀ ਵੱਲੋਂ 150 ਫੋਨ ਕੀਤਾ ਸੀ ਵੀ ਸਾਡੇ ਤਕਰੀਬਨ 190 ਬੂਥ ਆ, ਜਿਹੜਾ ਇੱਕ ਸਹਿਯੋਗੀ ਨਾਲ ਕੋਈ ਅਤੇ 40-50 ਮੈਂ, ਤਕਰੀਬਨ ਇਹੀ 200 ਫੋਨ ਟੋਟਲ ਜੇ ਗਿਣ ਕੇ ਕਹੀਏ ਤਾਂ ਆਪਾਂ ਕੀਤਾ ਸੀ। ਪਰ ਇਹ ਜਿਹੜਾ ਉਤਸ਼ਾਹ ਵਾ ਇਹ ਤੁਹਾਡੇ ਸਾਹਮਣੇ ਆ। ਮੈਂ ਰਿਣੀ ਹਾਂ ਇਸ ਕੌਂਸਟੀਟੂਐਂਸੀ ਦੇ ਆਪਣੇ ਸਾਥੀਆਂ ਦਾ, ਆਪਣੇ ਬੂਥ ਇੰਚਾਰਜ ਮੇਰੇ ਪ੍ਰਮੁੱਖ ਸਾਥੀ ਜਿਨ੍ਹਾਂ ਨੇ ਮੈਨੂੰ 3 ਇਲੈਕਸ਼ਨਾਂ ਲੜਾਈਆਂ ਜਿੱਥੋਂ 2 ਜਿਤਾਈਆਂ, ਮੈਂ MLA ਵੀ ਬਣਿਆ ਅਤੇ ਮੰਤਰੀ ਵੀ ਬਣਿਆ। ਅਤੇ ਉਸ ਤੋਂ ਬਾਅਦ ਇਹਨਾਂ ਨੇ ਹੀ ਨਾਲ ਟੀਮਾਂ ਬਣਾ ਕੇ ਡਿਵੈਲਪਮੈਂਟ ਦੇ ਕੰਮ ਜਿਹੜੇ ਆ ਜਾਂ ਲੋਕਾਂ ਦੇ ਕੰਮ ਉਹ ਕੀਤੇ। ਅਤੇ ਮੈਂ ਇਹਨਾਂ ਦਾ ਸਭ ਤੋਂ ਪਹਿਲਾਂ ਤਾਂ ਇਹ ਜਿਹੜੇ ਮੇਰੇ ਸਾਥੀ ਆ ਇਹਨਾਂ ਦਾ ਮੈਂ ਰਿਣੀ ਹਾਂ। ਮੈਂ ਇਹਨਾਂ ਦਾ ਕੋਟ ਦਿੱਲੀਆਂ ਗਰਾਈਆਂ ਤੋਂ ਧੰਨਵਾਦ ਕਰਦਾ ਕਿ ਇਹ ਇੰਨੇ ਉਤਸ਼ਾਹ ਦੇ ਨਾਲ ਆ। ਤੁਸੀਂ ਉਤਸ਼ਾਹ ਵੇਖਣ ਵਾਲਾ ਵਾ। ਸਾਰੀਆਂ ਪਾਰਟੀਆਂ ਸੰਪਰਕ ਕਰਦੀਆਂ, ਮੈਂ ਸਭ ਨੂੰ ਮਿਲਦਾ ਵੀ ਹਾਂ। ਮੈਂ ਤੁਹਾਨੂੰ ਕੋਈ ਕਿਆ ਸੁਣਾਉਂਦਾ ਆਮ ਪਾਰਟੀ, ਕੋਈ ਕਿਆ ਸੁਣਾਉਂਦਾ ਅਕਾਲੀ ਦਲ, ਕੋਈ ਕੋਈ ਲਾਉਂਦਾ, ਇਸ ਤਰ੍ਹਾਂ ਥੋੜ੍ਹੀ ਆਪੇ ਹੀ ਕੋਈ ਕਿਸੇ 'ਚ ਅਮਲ ਹੋ ਜਾਈਦਾ। ਮੈਂ ਵੇਖੋ ਤੁਸੀਂ ਮੇਰੀਆਂ ਅੱਗੇ ਇੰਟਰਵਿਊ ਕਿਸੇ ਨੇ ਜੇ ਸੁਣੀ ਹੋਵੇ, ਮੈਂ ਕਿਹਾ ਲਾਈਕ ਮਾਈਂਡਡ ਜਿਹਦੇ ਫੈਸਲੇ ਪੰਜਾਬ 'ਚ ਹੋਣ, ਜਿਹੜੀ ਪੰਜਾਬ ਦੇ ਹਿੰਦੂ ਸਿੱਖਾਂ ਨੂੰ ਇਕੱਠਿਆਂ ਨੂੰ ਨਾਲ ਲੈ ਕੇ ਚੱਲੇ, ਇੱਥੋਂ ਦੇ ਸੁਹਾਰਦ ਭਾਈਚਾਰੇ ਇੱਥੋਂ ਦੀ ਸ਼ਾਂਤੀ ਵਾਸਤੇ ਕੰਮ ਕਰੇ, ਆਪਣੇ ਫੈਸਲੇ ਪੰਜਾਬ ਖੁਦ ਕਰੇ, ਇਹੋ ਜਿਹੀ ਲਾਈਕ ਮਾਈਂਡਡ ਪਾਰਟੀ ਜਿਹੜੀ ਆ ਉਹ ਹੋਵੇ ਅਤੇ ਵੈਲਕਮ ਹੈ। ਮੁੱਦਾ ਪਹਿਲਾਂ ਵੀ ਡਿਵੈਲਪਮੈਂਟ ਸੀ, ਪਹਿਲਾਂ ਵੀ ਲੋਕਾਂ ਦੀ ਗੱਲ ਸੀ, ਪਹਿਲਾਂ ਵੀ ਸਾਰਾ ਇਹ IIM ਯਾਦ ਆ ਤੁਹਾਨੂੰ? IIM ਜਿਹੜਾ ਵਾ ਇਹ ਲੈਪਸ ਹੋਣ ਵਾਲਾ ਸੀ ਪ੍ਰੋਜੈਕਟ। ਕਈ ਵਾਰੀ ਨਾ ਕਈ ਸਵਾਲ ਕਰਦੇ ਗਲੀਆਂ ਨਾਲੀਆਂ ਸੜਕਾਂ, ਅੱਜ ਤੱਕ ਤਾਂ ਇਤਿਹਾਸ ਦੇ ਵਿੱਚ ਜਿਉਂਦਾ ਮੁਲਕ ਆਜ਼ਾਦ ਹੋਇਆ ਕਿਸੇ ਨੇ ਗਲੀਆਂ ਨਾਲੀਆਂ ਸੜਕਾਂ ਵੀ ਨਹੀਂ ਬਣਾਈਆਂ। ਮੈਂ ਤੈਨੂੰ ਯੂਰਪ ਬਣਾਇਆ ਇਸ ਅੰਮ੍ਰਿਤਸਰ ਦੀ ਗੁਰੂ ਦੀ ਨਗਰੀ ਨੂੰ। ਅਤੇ ਉਸ ਤੋਂ ਬਾਅਦ ਪ੍ਰੋਜੈਕਟਾਂ ਦੀ ਗੱਲ ਕਰੀਏ ਤਾਂ ਲਾਈਨ ਹੈ ਪ੍ਰੋਜੈਕਟਾਂ ਦੀ IIM ਤੋਂ ਲੱਗ ਕੇ ਬਾਕੀ ਬਹੁਤ ਸਾਰਿਆਂ ਦੀ। ਅੱਜ ਵਿਧਾਨ ਸਭਾ ਚੋਣਾਂ ਦਾ ਆਗਾਜ਼ ਆ, ਜਿੱਥੋਂ ਵੀ ਲੜੀਏ ਜਿਸ ਮਰਜ਼ੀ ਪਾਰਟੀ ਤੋਂ ਲੜੀਏ ਜਿੱਤ ਦਾ ਝੰਡਾ ਹੈ ਮੇਰੇ ਸਾਥੀ ਬੁਲੰਦ ਕਰਨਗੇ। ਪਹਿਲੇ ਪੁਆਰੇ ਪੂਰੇ ਕਰਨ ਤਾਂ ਅਸੀਂ ਦੂਜਾ ਵੀ ਮੰਨ ਲਾਂਗੇ, ਪਹਿਲੇ 20 ਸਾਲਾਂ ਦਾ ਹਿਸਾਬ ਦੇ ਦੇ ਵੀ ਮੈਂ ਆਹ ਆਹ ਕੰਮ ਕੀਤੇ ਆ। ਜੋ ਝੂਠ ਬੋਲੇ, ਇੱਥੇ ਜਿਹੜਾ ਐਕਸੀਡੈਂਟ ਹੋਇਆ ਸੀ ਰੇਲ ਦਾ, ਉੱਥੇ 50 ਬੰਦਿਆਂ ਦੇ ਸੰਕਲਪ ਕਰਕੇ ਵੀ ਇਹਨਾਂ ਦੀ ਰੋਟੀ ਪਾਣੀ ਇਹਨਾਂ ਦਾ ਖਰਚਾ ਇਹਨਾਂ ਨੂੰ ਮੈਂ ਅਡੋਪਟ ਕਰ ਲਿਆ, ਉਹ 50 ਬੰਦਿਆਂ ਨੂੰ ਸੰਭਾਲਿਆ ਨਹੀਂ ਗਿਆ, ਉਹ ਵਾਅਦਾ ਤਾਂ ਪੂਰਾ ਨਹੀਂ ਕੀਤਾ, ਅਤੇ 3 ਰੁਪਏ ਯੂਨਿਟ ਦਾ ਕੌਣ ਯਕੀਨ ਕਰੂਗਾ? ਦੱਸੋ, ਸਭ ਤੋਂ ਛੋਟੀ ਗੱਲ ਵੀ ਜਿਹੜੇ ਬੰਦੇ ਇੱਥੇ ਰੋਂਦੇ ਰਹਿ, ਹਰ ਮਹੀਨੇ ਉਹਦੇ ਘਰ ਗਾੜੀ ਧਰਨਾ ਦਿੰਦੇ ਸੀ, ਜੋ ਝੂਠ ਬੋਲਿਆ ਸੀ ਵੀ ਉਹਨਾਂ ਨੂੰ ਅਡੋਪਟ ਕਰੂੰਗਾ, ਉਹ ਤਾਂ ਕੀਤਾ ਨਹੀਂ, ਅਤੇ ਹੁਣ 3 ਰੁਪਏ ਯੂਨਿਟ ਕੌਣ ਜੋ ਮਰਜ਼ੀ ਕਹਿ ਦੇ।
साहब केजरीवाल कहते 300 यूनिट बत्ती फ्री दूंगा, जोगी पाल कहते 400 यूनिट बत्ती फ्री दूंगा, तो लगता है फ्री की थोड़ी जी राजनीति ने पंजाब को बर्बाद करता है। देखो ये होड़ जी है बहुत माड़ी है, मैं पहला भी कहा जहाँ तो इन्हों बोली करवा लीए आप सारे बहालीए तो बोली हो आके मैं 300, दूजा आके मैं 400, तीजा आके मैं 500, चौथा आके लैना ही कुछ नहीं है, है ये ठीक नहीं गी। पर फिर भी मैं कह सकता असी मैं अगे एक इंटरव्यू तुम वेख्या उस तो कयास रहे हैं बहुत लाते लोग बादल साहब ने जिन्ने वादे किए असी उस सरकार से इस करके मैं कह रहा क्योंकि असी जिम्मेवार से एक एक वादा पूरा किया तो असी करवाया भी सी। मैं सरकार च मिनिस्टर सीगा कैबिनेट च बहिदा ही तो एको गल करी थी बाल साहब पहला आप जो वादे किए पूरे करिए 200 किया ही 200 किया पेंशन कितिया जो अपना अज तक जे दूजे समझ लो तीन किसान की बिजली माफ किन्ने की नेता कितों हो गए ब्यूरोक्रेट कभी नेता नहीं बन सकता हाँ लोगों पुछो भी किन्ना उन्होंने इंसाफ मिलता ही किन्ना उन्होंने इस करके मैं चलो कोई नहीं आए आ लोग जानते बेहतर लोग तो दो मिनटा च कंप्यूटर ला के वेख लेंगे भी इन्होंने ये अंदर की है हूँ नेता हूँ 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 कोई टफ नहीं है मेरी सेवा तुहाडे सामने दिखती पई है तो गल पता की है अजकल कोई नेता यहोजा नहीं है जिदे अंदरों लोग एक मिनट कंप्यूटर ला के हिसाब नहीं ला लेते झूठ बोलता कि सच बोलता। सो इस बयान बारे की थोड़ा विचार है, की लगता कि अनिल जोशी किस सियासी पार्टी का हिस्सा हो सकते हैं? विचार दो कमेंट बॉक्स के, देखते रहो विजन पंजाब टीवी, हर कदम तुहाडे नाल।